ਰਾਸ਼ਟਰਮੰਡਲ ਦੀਆਂ ਖੇਡਾਂ ਵਿੱਚ ਵੇਟ ਲਿਫਟਿੰਗ 'ਚ ਭਾਰਤ ਲਈ ਬ੍ਰੌਂਜ ਮੈਡਲ ਜਿੱਤਣ ਵਾਲੀ ਹਰਜਿੰਦਰ ਕੌਰ ਲਈ ਆਮ ਆਦਮੀ ਪਾਰਟੀ ਦੇ ਬਿਕਰਮਜੀਤ ਸਾਨੀ ਨੇ 5 ਲੱਖ ਰੁਪਏ ਅਤੇ ਨੌਕਰੀ ਦੇਣ ਦਾ ਐਲਾਨ ਕੀਤਾ। ਦੱਸ ਦਈਏ ਕਿ ਪੰਜਾਬ ਦੇ ਨਾਭਾ ਦੀ ਜੰਪਲ ਹਰਜਿੰਦਰ ਕੌਰ ਨੇ ਭਾਰਤ ਲਈ ਬ੍ਰੌਂਜ ਮੈਡਲ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਹਰਜਿੰਦਰ ਕੌਰ ਦੇ ਮੈਡਲ ਜਿੱਤਣ ਬਾਅਦ ਭਾਰਤ ਅਤੇ ਪੰਜਾਬ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਹਰਜਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਹੈ। ਇਸ ਖਿਡਾਰਨ ਨੇ 2016 'ਚ ਪਟਿਆਲਾ ਦੇ NIS ਦੇ ਵਿੱਚ ਟ੍ਰੇਨਿੰਗ ਸਟਾਰਟ ਕੀਤੀ ਸੀ, ਜਿਸ ਨੇ ਆਪਣੀ ਮਿਹਨਤ ਦੇ ਨਾਲ 6 ਸਾਲਾਂ ਦੇ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਵਿੱਚੋਂ ਵੇਟ ਲਿਫਟਿੰਗ 'ਚ ਬ੍ਰੌਂਜ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਆਓ ਸੁਣਦਿਆਂ ਕੀ ਕੁਝ ਕਿਹਾ ਬਿਕਰਮਜੀਤ ਸਿੰਘ ਸਾਨੀ ਨੇ। ਹਰਜਿੰਦਰ ਕੌਰ ਦਾ ਮੈਂ ਅੱਜ ਸਵੇਰੇ ਹੀ ਪਤਾ ਲੱਗਿਆ ਔਰ ਬਹੁਤ ਮਾਣ ਦੀ ਗੱਲ ਹੈ ਕਿ ਵੀ ਉਹਨਾਂ ਨੇ ਬ੍ਰੌਂਜ ਮੈਡਲ ਵੇਟ ਲਿਫਟਿੰਗ 'ਚ ਬਰਮਿੰਗਮ ਕਾਮਨਵੈਲਥ ਗੇਮਸ ਵਿੱਚ ਚੁੱਕਿਆ। ਪਰ ਉਸ ਤੋਂ ਜ਼ਿਆਦਾ ਜਿਹੜੀ ਮਾਣ ਦੀ ਗੱਲ ਜਿਹੜੀ ਮੇਰੇ ਦਿਲ ਨੂੰ ਟੁੰਬੀ ਕਿ ਉਹਦਾ ਸਾਰਾ ਫੈਮਿਲੀ ਦਾ ਪਰਿਵਾਰ ਦਾ, ਮੈਂ ਪੜ੍ਹਿਆ ਕਿ ਉਹ ਵਿਚਾਰਿਆਂ ਦੀ ਲੈਂਡਲੈਸ ਫਾਰਮਰ, ਉਹਨਾਂ ਦੇ ਫਾਦਰ ਜ਼ਮੀਨ ਵੀ ਨਹੀਂ ਹੈ, ਔਰ ਕਿੱਦਾਂ ਉਹ ਆਪਣਾ ਪੱਠੇ ਪਾਉਂਦੀ ਸੀ, ਕਿੱਦਾਂ ਉਹ ਮਿਹਨਤ ਮੁਸ਼ੱਕਤ ਕਰਕੇ ਆਪਣੇ ਪੈਰਾਂ 'ਤੇ ਆਪਣੇ ਵਸੀਲਿਆਂ ਤੋਂ ਇੱਕ ਮਤਲਬ ਜੋ ਵੀ ਟ੍ਰੇਨਿੰਗ ਲੈ ਕੇ ਉਹ ਕਿੱਥੇ ਪੰਜਾਬ ਦਾ ਨਹੀਂ, ਭਾਰਤ ਦਾ ਨਹੀਂ, ਦੁਨੀਆ ਦੇ ਉੱਥੇ ਪਹੁੰਚ ਗਈ ਅਤੇ ਮੇਰੇ ਦਿਲ ਨੂੰ ਟੁੰਬਿਆ। ਅਤੇ ਮੈਂ ਉਸ ਮੌਕੇ 'ਤੇ ਆਪਣੇ ਵੱਲੋਂ, ਸਾਡੀ NGO ਵੱਲੋਂ, ਸਨ ਫਾਊਂਡੇਸ਼ਨ ਵੱਲੋਂ, ਵਰਲਡ ਪੰਜਾਬੀ ਔਰਗਨਾਈਜੇਸ਼ਨ ਵੱਲੋਂ 5 ਲੱਖ ਰੁਪਇਆ ਉਹਨਾਂ ਨੂੰ ਇੱਕ ਛੋਟਾ ਜਿਹਾ ਤੋਹਫਾ, ਔਰ ਨਾਲ ਹੀ ਉਹਦੇ ਨੌਕਰੀ ਦੀ ਗੱਲ ਸੀ ਅਤੇ ਮੈਂ ਕਿਹਾ ਕਿ ਇਮੀਡੀਏਟਲੀ ਅਸੀਂ ਉਹਨਾਂ ਨੂੰ ਜੋਬ ਲੈਟਰ ਵੀ ਅੱਜ ਭੇਜਤਾ। ਸਾਡੀ ਟੀਮ ਪਟਿਆਲੇ ਉੱਥੇ ਜਾ ਰਹੀ ਹੈ, ਕੱਲ੍ਹ ਸਵੇਰੇ ਚੈੱਕ ਵੀ 5 ਲੱਖ ਦਾ ਉਹਨਾਂ ਨੂੰ ਦੇਵੇਗੀ, ਨਾਲ ਹੀ ਜੋਬ ਲੈਟਰ ਜੋ ਸਾਡੇ ਸਕਿੱਲ ਸੈਂਟਰ, ਡਰੱਗ ਰੀਹੈਬ ਸੈਂਟਰ ਹੈ, ਉੱਥੇ ਅਸੀਂ ਉਹਨਾਂ ਨੂੰ ਜੋਬ ਵੀ ਔਫਰ ਕੀਤੀ ਹੈ। ਸਰ, ਵਹੀ ਬਾਤ ਕਰੇ ਪੰਜਾਬ ਮੇਂ, ਪੰਜਾਬ ਕੇ ਕੁਝ ਜ਼ਿਲ੍ਹੇ ਹੈ ਜੋ ਬਾੜ ਸੇ ਪ੍ਰਭਾਵਿਤ ਹੈ, ਔਰ ਆਜ ਰਾਜਸਭਾ ਸਾਂਸਦ ਹਾਂਜੀ ਸ਼ਿਵਾਜੀ ਨੇ ਵੀ ਇਸ ਮੁੱਦੇ ਨੂੰ ਉਠਾਇਆ ਹੈ, ਕੈਸੇ ਦੇਖਤੇ ਹੈ ਮੁਕਤਸਰ? ਦੇਖੋ, ਮੁਕਤਸਰ ਫਾਜ਼ਿਲਕਾ ਆਜ ਪਾਰਲੀਮੈਂਟ ਮੇਂ ਇਸ ਪੇ ਚਰਚਾ ਹੋਈ ਕਿ ਬਈ ਜਿਹੜੇ ਜੋ ਮੁਕਤਸਰ ਔਰ ਫਾਜ਼ਿਲਕਾ ਦੇ ਜ਼ਿਲ੍ਹੇ ਹੈ ਉੱਥੇ ਪਾਣੀ ਆ ਗਿਆ। ਉਸ ਮੰਗ ਕੀਤੀ ਵੀ ਇੱਕ ਤਾਂ ਉਹ ਪਾਣੀ ਸ਼ਾਇਦ ਇਕੱਠਾ ਹੋ ਗਿਆ ਉੱਧਰ, ਸ਼ਾਇਦ ਪਾਕਿਸਤਾਨ ਬਾਰਡਰ ਹੈ, ਉੱਧਰ MEA ਨੂੰ ਗੱਲ ਕਰਨੀ ਪਏਗੀ ਜੋ ਸਾਡੀ ਵਾਟਰ ਟ੍ਰੀਟੀ ਹੈ, ਔਰ ਦੂਸਰਾ ਕਿਸਾਨਾਂ ਲਈ ਮੁਆਵਜ਼ਾ ਜਿਹੜਾ ਹੈ ਕੇਂਦਰ ਸਰਕਾਰ ਤੋਂ ਅਸੀਂ ਅੱਜ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ, ਮੈਂ ਵੀ ਸਪੋਰਟ ਕੀਤੀ ਹੈ ਬੋਲ ਕੇ ਵੀ, ਰਾਈਟਿੰਗ ਦੇ ਵਿੱਚ ਵੀ, ਕਿ ਵੀ ਕੇਂਦਰ ਸਰਕਾਰ ਇਹਦੇ 'ਤੇ ਕਿਸਾਨਾਂ ਨੂੰ ਜਿਹੜੀ ਇਹ ਬੇਮੌਸਮੀ ਬਾਰਿਸ਼ ਕਰਕੇ ਮੁਕਤਸਰ ਫਾਜ਼ਿਲਕਾ ਉਸ ਇਲਾਕੇ ਦੇ ਵਿੱਚ ਹੋਏ ਹੈ, ਉਹਨਾਂ ਨੂੰ ਸੂਟੇਬਲ ਕੰਪਨਸੇਸ਼ਨ ਦੇਵੇ, ਕਿਉਂਕਿ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਔਰ ਪਾਣੀ ਹਜੇ ਵੀ ਗੋਡੇ ਗੋਡੇ ਉੱਥੇ ਖੜ੍ਹਾ ਹੈ।